खाबा तेरे आँच अख राती नहीं ओ लगदी सवेरे सुपने नी तेरे मुकदे की दया ख्यालां विच डुबी रहनी आवे मैनू अज कल सारे पुछदे की दया ख्यालां विच डुबी रहनी आवे मैनू अज कल सारे पुछदे अख का दी लड़ी तेरे नाल सोने तक इश्के दी जानी कश्ती किथे तक इश्के दी जानी कश्ती मैथों वफा दे किनारे पुछ दे खाबा तेरे आँच अख राती नहीं ओ लगदी सवेरे सुपने नी तेरे मुकदे की दया ख्यालां विच डुबी रहनी आवे मैनू अज कल सारे पुछ दे मैनू अज कल सारे पुछ दे। बहुत सोहनी आवाज़ है बच्चे, मैं सुनिया तुसीं सिद्धू मूसे वाले भाई नूं भी बहुत बार बाई नूं मैं पहले वैसे तो बहुत बार मिले ही जो जानन लगे सी बाई भी हाँ जी बाई नूं पता लगा भी मुंडा लिखदा गाउंदा है नहीं सत्त अठ बार मिले सीगे उदों ही ते ज़्यादातर तो बोटा च ही मिले ही ते साडे मतलब मेरी मेरी भूआ ही नेगी मेरे भूआ जी ने उन्होंने घर भी आए से उदों भी मैं गलबात की बाई नाल बाई नूं आ जिहड़ा हुण मैं गाना सुना के हटिया भी सुनाया सी बाई नूं बहुत पसंद आया सी आ गाना जी ने कही हो यार। हाँ जी बाई नू मैं कहा सी भी बई आप भी एज अ लिरिसिस्ट काम करना चाहते हैं भी किसी सिंगर तक अदर सिंगर तक फेमस सिंगर तक मेरा गाना पहुँचा दो तुसी ता बहुत हैल्प होगी है नहीं तो बई ने कहा सी हाँ जी बई तुसी आ जाओ आपके वधिया वधिया गाने लैके मैं आ गाना सुनाया सी जो तो असी उत्ते मैं सोचा सी एग्जाम तो बाद आऊँगा बई नू मैं 4 तरीक नू मिलना सी गई तो 4 तरीक 4 जून नू मिलना सी तो उस तो पहले ही बई नाल हो गया। अच्छा बई दी डैथ हो गई थोड़े तो दोबारे नहीं मिले गया। ਸਤਿ ਸ਼੍ਰੀ ਅਕਾਲ ਜੀ ਲੋਕ ਭਲਾਈ ਦਾ ਸੁਨੇਹਾ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮਨਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤੁਹਾਨੂੰ ਇੱਦਾਂ ਦੇ ਬੱਚੇ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੀ ਆਵਾਜ਼ ਬਹੁਤ ਹੀ ਖੂਬਸੂਰਤ ਹੈ, ਲਿਖ ਵੀ ਲੈਂਦੇ ਆ ਅਤੇ ਗਾ ਵੀ ਲੈਂਦੇ ਆ, ਹਿੰਦੀ ਪੰਜਾਬੀ ਸੌਂਗ ਲਿਖ ਲੈਂਦੇ ਆ, ਗਾ ਵੀ ਲੈਂਦੇ ਆ। ਆਵਾਜ਼ ਇੰਨੀ ਖੂਬਸੂਰਤ ਆ, ਇੰਨੀ ਮਿੱਠੀ ਆਵਾਜ਼ ਦੇ ਵਿੱਚ ਗਾਉਂਦੇ ਆ, ਤੁਹਾਡੇ ਵੀ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਣਗੇ। ਆਪਾਂ ਬੱਚੇ ਦੇ ਨਾਲ ਗੱਲਬਾਤ ਕਰਦੇ ਹਾਂ। ਬੱਚੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਸਾਡੇ LBS ਨਿਊਜ਼ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਮੇਰਾ ਇੰਟਰਵਿਊ ਲੈਣ ਲਈ। ਤੇ ਮੇਰਾ ਨਾਮ ਸ਼ੁਭਮਦੀਪ ਸਿੰਘ ਹੈ ਪੂਰਾ, ਤੇ ਐਜ਼ ਅ ਲਿਰਿਸਿਸਟ ਮੈਂ ਅਦੀਪ ਬਰਾੜ ਆਪਣਾ ਨਾਮ ਰੱਖਿਆ ਗਈ। ਸ਼ੁਭਦੀਪ ਸਿੰਘ ਤੁਹਾਡਾ ਨਾਮ? ਹਾਂਜੀ ਸ਼ੁਭਮਦੀਪ ਸਿੰਘ। ਸ਼ੁਭਮਦੀਪ ਸਿੰਘ ਬੱਚੇ ਦਾ ਨਾਮ ਆ। ਬੱਚੇ ਕਿੰਨੀ ਕੁ ਉਮਰ ਆ ਤੁਹਾਡੀ? ਮੇਰੀ 18 ਸਾਲ ਦੀ ਏਜ ਹੈ ਤੇ 19ਵਾਂ ਲੱਗਿਆ ਹੋਇਆ ਜੀ। 19ਵਾਂ ਸਾਲ ਲੱਗਿਆ। ਸਟੱਡੀ ਕਰਦੇ ਹੋ? ਹਾਂਜੀ। ਕਿਹੜੀ? ਬੀਏ ਫਸਟ ਈਅਰ। ਹਾਂਜੀ। ਕਿੱਥੇ? ਮਾਨਸਾ। ਹਾਂਜੀ ਗੁਰੂ ਨਾਨਕ ਕਾਲਜ ਬਲੱਡ ਜੀ। ਕਿੰਨਾ ਜਦੋਂ ਤੁਹਾਨੂੰ ਗਾਇਕੀ ਦਾ ਸੌਂਗ ਪਿਆ, ਇਹ ਕਦੋਂ ਤੋਂ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਗੀਤ ਗਾਉਂਦੇ? ਅਸੀਂ ਜੀ 6ਵੀਂ ਕਲਾਸ 'ਚ ਪੜ੍ਹਦੇ ਹੁੰਦੇ ਸੀਗੇ। ਗਾਉਣ ਦਾ ਤਾਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਬਹੁਤ ਸ਼ੌਂਕ ਸੀਗਾ ਜੀ। ਅਤੇ 6th ਕਲਾਸ 'ਚ ਆ ਕੇ ਮੈਂ ਥੋੜ੍ਹਾ ਬਹੁਤ ਲਿਖਣ ਵੀ ਲੱਗ ਗਿਆ ਜੀ। ਅਤੇ ਮੈਂ ਤਾਂ ਇੱਕ ਮੇਰਾ ਫਰੈਂਡ ਸੀ ਉਹਦਾ ਨਾਮ ਜੀਤ ਬਰਾੜ, ਅਸੀਂ ਇਕੱਠੇ ਲਿਖਣ ਲੱਗੇ। ਅਤੇ 8th ਕਲਾਸ ਦੇ ਲਾਸਟ ਤੱਕ ਆ ਕੇ ਮੈਨੂੰ ਪਤਾ ਲੱਗ ਗਿਆ ਵੀ ਮੈਂ ਲਿਖ ਸਕਦਾ ਗਾ। ਅਤੇ ਇੱਕ ਸੌਂਗ ਲਿਖਿਆ ਸੀਗਾ ਉਦੋਂ ਮੈਂ ਉਹ, ਜਿਸ ਤੋਂ ਮੈਨੂੰ ਬਹੁਤ ਉਮੀਦ ਮਿਲੀ ਅਤੇ ਮੈਂ ਲਿਖਣਾ ਸਟਾਰਟ ਕੀਤਾ ਅਤੇ ਮੈਨੂੰ ਪਤਾ ਲੱਗ ਗਿਆ ਵੀ ਹੁਣ ਮੈਂ ਲਿਖ ਸਕਦਾ ਗਾ। ਅੱਛਾ, ਤੁਸੀਂ ਇੱਕ ਗੀਤ ਲਿਖਿਆ ਜਿਹੜਾ ਤੁਹਾਡਾ ਬਹੁਤ ਹੀ ਮਨਪਸੰਦ ਸੀਗਾ, ਤੁਹਾਨੂੰ ਵੀ ਵਧੀਆ ਲੱਗਿਆ ਵੀ ਹੁਣ ਮੈਂ ਲਿਖ ਵੀ ਸਕਦਾ ਅਤੇ ਮੈਂ ਗਾ ਵੀ ਲਊਂਗਾ, 2 ਲਾਈਨਾਂ ਗੀਤ ਦੀਆਂ ਜ਼ਰੂਰ ਸੁਣਾਏ। ਹਾਂਜੀ ਉਹ ਸੌਂਗ ਸੀਗਾ ਜੀ ਹੱਥ ਜੋੜ ਤੇ ਲਿਖਿਆ ਸੀ, ਕਹਿੰਦਾ ਜਿਹਨੂੰ ਕੀਤਾ ਸੀ ਪਿਆਰ ਸੱਚਾ ਉਹੀ ਸਾਡੇ ਮੂਹਰੇ ਸਾਨੂੰ ਧੋਖਾ ਦੇ ਗਿਆ, ਮੋੜ ਕੇ ਉਹ 4 ਸਾਲ ਪਹਿਲਾਂ ਵਾਲਾ ਸਾਨੂੰ ਸਾਡਾ ਕੋਕਾ ਦੇ ਗਿਆ, ਸਾਥੋਂ ਸੋਹਣਾ ਲੱਭਿਆ ਤੇ ਯਾਰ ਨੂੰ ਤੂੰ ਖੂਨ ਵਾਲੇ ਖੱਤ ਮੋੜ ਤੇ, ਕਹਿੰਦੀ ਆਈ ਐਮ ਸੌਰੀ ਆਈ ਡੂ ਨੋਟ ਚੀਟੀ ਅਸੀਂ ਹੱਥ ਜੋੜਤੇ ਅਸੀਂ ਹੱਥ ਜੋੜਤੇ। ਬਹੁਤ ਹੀ ਪਿਆਰੀ ਆਵਾਜ਼ ਹੈ। ਜੇ ਗੱਲ ਕਰ ਲਈਏ ਗਾਇਕੀ ਦੀ, ਅਤੇ ਜੇ ਆਪਾਂ ਕੋਈ ਕੰਮ ਸ਼ੁਰੂ ਕਰਨਾ ਜਾਂ ਕੋਈ ਗਾਉਣਾ ਸਿੱਖਦੇ ਹਾਂ, ਕੁਛ ਵੀ ਕਰਨਾ ਸਿੱਖਦੇ ਹਾਂ, ਤਾਂ ਆਪਾਂ ਨੂੰ ਉਸਤਾਦ ਦੀ ਲੋੜ ਪੈਂਦੀ ਹੈ, ਹੈ ਨਾ? ਤੁਹਾਡਾ ਕੋਈ ਗੁਰੂ ਜੀ ਤੋਂ ਤੁਸੀਂ ਗਾਉਣਾ ਸਿੱਖਿਆ ਹੋਵੇ? ਸਿੱਖਿਆ ਤਾਂ ਨਹੀਂ ਹੈਗੀ, ਗੋਡ ਗਿਫਟਡ ਹੀ ਹੈ ਗਾਉਣਾ ਤਾਂ ਜੀ। ਵੈਸੇ ਮੈਂ ਜਿਹੜੇ ਵੀ ਪੁਰਾਣੇ ਸਿੰਗਰ ਨੇ ਉਹਨਾਂ ਨੂੰ ਸੁਣਦਾ ਗਾ ਜੀ ਬਹੁਤ, ਅਤੇ ਨੁਸਰਤ ਫਤਿਹ ਅਲੀ ਖਾਨ ਮੇਰੇ ਸਭ ਤੋਂ ਵਧੀਆ ਫੇਵਰੇਟ ਨੇ, ਸਭ ਤੋਂ ਵਧੀਆ ਲੱਗਦੇ ਨੇ ਮੈਨੂੰ। ਅਤੇ 4-5 ਸਿੰਗਰ, ਵੈਸੇ ਸਾਰੇ ਸਿੰਗਰ ਵਧੀਆ ਲੱਗਦੇ ਨੇ, 4-5 ਸਿੰਗਰ ਹੈਗੇ ਨੇ ਜਿਨ੍ਹਾਂ ਨੂੰ ਮੈਂ ਬਹੁਤ ਜ਼ਿਆਦਾ ਸੁਣਦਾ, ਸਤਿੰਦਰ ਸਰਤਾਜ ਵੀ ਉਹਨਾਂ 'ਚ ਆਉਂਦੇ ਨੇ। ਅੱਛਾ ਬੱਚੇ, ਫੈਮਿਲੀ 'ਚ ਕੌਣ ਕੌਣ ਆਪਣੇ?
मेरे फादर जी, मेरे मदर ते मेरा एक छोटा ब्रदर जी। ओ की करदे ने? मेरे पापा खेती करदे ने ते मम्मी हाउस वाइफ ने ते छोटा ब्रदर स्टडी करदा 7th क्लास च। अच्छा, पेरेंट्स की कहंदे ने कि तुसी होर मेहनत करो, है ना? किन्नी का सपोर्ट है घर दे विच तुहानू? घर दी मतलब सपोर्ट तो करते हैं पर फाइनैंशियली सपोर्ट नहीं कर सकते, लोअर मिडिल क्लास फैमिली चो है ना, तो करके जो भी कुछ करते हैं आप दे दम ती करते हैं। मतलब मेन कारण है गरीबी, है ना, जिदे कारण आप उपर नहीं उठ। हाँ जी, की कहना चाहते हो? मैं यही कहना चाहना जी भी परमात्मा बाँह फड़दा गई जो मेहनत करता गई, तो बस इदा ही मेहनत करते रहेंगे असी जी, जिमें जिमें जिन्ना भी कुछ साढ़े को इस टाइम हैगा असी कोशिश करांगे भी उस असी कुछ वधिया करिए। होर कोई गाना जिहड़ा तुहाडा मनपसंद गाना होवे जे सानूं जरूर सुनायो। हाँ जी, एक गाना लिखा सी मैं हुणी जी, बहुत ज़्यादा पसंद करे जिथे भी मैं सुना गई, वह सीगा सारे पुछदे उस कहिंदा कुड़ी, कहिंदी कुड़ी दे बोल लिखे सीगे मैं जी, कहिंदी खाबा तेरिया च अख राती नहीं ओ लगदी, सवेरे सुपने नी तेरे मुकदे, की दया ख्यालां विच डुबी रहनी आवे मैनू अज कल सारे पुछदे, की दया ख्यालां विच डुबी रहनी आवे मैनू अज कल सारे पुछदे, अख का दी लड़ी तेरे नाल सोनिया, दिल दा भी होया बुरा हाल सोनिया, मोम डैड सुनिया सलाह मंगदे, व्याह दो कुड़ी छेती इस साल सोनिया, किथे तक इश्के दी जानी कश्ती, किथे तक इश्के दी जानी कश्ती, मैथों वफा दे किनारे पुछ दे, खाबा तेरिया च अख राती नहीं ओ लगदी, सवेरे सुपने नी तेरे मुकदे, की दया ख्यालां विच डुबी रहनी आवे मैनू अज कल सारे पुछदे, मैनू अज कल सारे पुछदे। बहुत सोहनी आवाज है बच्चे, मैं सुनिया तुसी सिद्धू मूसे वाले भाई नू भी बहुत बार मिले हो, किन्नी कु बार मिले हो, उन्होंने तुहानू किन्नी कु सपोर्ट कीती है? बई नू मैं पहला वैसे तो बहुत बार मिले ही, जो जानन लगे सी बई भी, हाँ जी बई नू पता लगा भी मुंडा लिखदा गाउंदा है ना, वो 7-8 बार मिले सीगे उदों ही, तो ज़्यादातर तो वोटा च ही मिले ही, तो साढ़े मतलब मेरी मेरी भूआ ही नेगी, मेरे भूआ जी ने उन्होंने घर भी आए थे, उदू भी मैं गलबात की बई ना, बई ना आ जो हूँ मैं गाना सुना के हटिया भी सुनाया, बई नू बहुत पसंद आया से आ गाना। अच्छा, सिद्धू मूसे वाली बई जी ने थोनू कदे कहा होना भी वीरे तुसी गाओ, है ना, भी मैं थोड़े नाल हाँ, कदे बई जी ने थोनू कुछ कहा हो जी, कोई मेन गल हो जी थोनू बई जी ने कही हो याद? हाँ जी, बई नू मैं कहा भी बई आप भी एज अ लिरिसिस्ट काम करना चाहते भी किसी सिंगर तक, अदर सिंगर तक, फेमस सिंगर तक मेरा गाँव पहुँचा दो, बहुत हैल्प होगी है नहीं, तो बई ने कहा ਅਸੀਂ ਹਾਂਜੀ ਬਾਈ ਤੁਸੀਂ ਆ ਜਾਓ ਆਪਦੇ ਵਧੀਆ ਵਧੀਆ ਗਾਣੇ ਲੈ ਕੇ, ਮੈਂ ਆਹ ਗਾਣਾ ਸੁਣਾਇਆ ਸੀ ਜਦੋਂ, ਅਤੇ ਅਸੀਂ ਉੱਤੇ ਮੈਂ ਸੋਚਿਆ ਸੀ ਐਗਜ਼ਾਮ ਤੋਂ ਬਾਅਦ ਆਊਂਗਾ ਬਾਈ ਨੂੰ, ਮੈਂ 4 ਤਰੀਕ ਨੂੰ ਮਿਲਣਾ ਸੀਗਾ ਜੀ, ਅਤੇ 4 ਜੂਨ ਨੂੰ ਮਿਲਣਾ ਸੀ, ਅਤੇ ਉਹ ਤੋਂ ਪਹਿਲੇ ਹੀ ਬਾਈ ਨਾਲ ਹੋ ਗਿਆ। ਅੱਛਾ, ਬਾਈ ਦੀ ਡੈਥ ਹੋ ਗਈ, ਤੁਹਾਡੇ ਤੋਂ ਦੁਬਾਰੇ ਨਹੀਂ ਮਿਲਿਆ ਗਿਆ, ਅਤੇ ਬਾਈ ਸਿੱਧੂ ਮੂਸੇਵਾਲੀ ਦਾ ਬਾਈ ਜੀ ਦਾ ਗਾਣਾ ਜਿਹੜਾ ਤੁਹਾਨੂੰ ਯਾਦ ਹੋਵੇ ਥਾਪੀ ਮਾਰ ਕੇ ਜ਼ਰੂਰ ਸੁਣਾਓ। ਹਾਂਜੀ, ਸਿੱਧੂ ਬਾਈ ਦਾ ਇੱਕ ਗਾਣਾ ਬਹੁਤ ਵਧੀਆ ਲੱਗਦਾ ਮੈਨੂੰ ਜੀ, ਜੀ ਕਹਿੰਦਾ ਕਦੇ ਸੂਰਜ ਵਾਂਗੂ ਤਪਦਾ ਹਾਂ, ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾਇਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾਇਆ, ਕਈ ਵਾਰੀ ਬਾਪੂ ਵਾਂਗੂ ਦੁਨੀਆ 'ਤੇ ਹਰਖ ਜਾਇਆ ਜਾਂਦਾ, ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ, ਕਈ ਕਹਿੰਦੇ ਆਹ ਚਿਹਰਾ ਹਾਂ, ਕਹਿੰਦੇ ਆਹ ਚਿਹਰਾ ਜਵਾਂ ਤੇਰੇ ਚਿਹਰੇ ਵਰਗਾਇਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾਇਆ, ਕਦੇ ਸੂਰਜ ਵਾਂਗੂ ਤਪਦਾ ਹਾਂ। ਬਹੁਤ ਸੋਹਣੀ ਆਵਾਜ਼ ਆ ਬਾਈ ਜੀ ਦਾ, ਇਹ ਗਾਣਾ ਬਹੁਤ ਫੇਮਸ ਆ, ਹੈ ਨਾ, ਸਾਰਿਆਂ ਨੂੰ ਯਾਦ ਆ, ਛੋਟੇ ਛੋਟੇ ਬੱਚੇ ਵੀ ਬਾਈ ਜੀ ਦਾ ਇਹ ਗਾਣਾ ਗਾਉਂਦੇ ਨੇ। ਕੀ ਤੁਸੀਂ NRI ਭਰਾਵਾਂ ਤੋਂ, ਸਮਾਜ ਸੇਵੀ ਵੀਰਾਂ ਤੋਂ ਕੀ ਮਦਦ ਮੰਗਣਾ ਚਾਹੁੰਦੇ ਹੋ, ਕੀ ਮੈਸੇਜ ਦੇਣਾ ਚਾਹੁੰਦੇ ਹੋ? NRI ਵੀਰਾਂ ਨੂੰ, ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਗਾ ਵੀ ਜੇ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਤਾਂ ਕਰੋ, ਹੈ ਨਾ, ਅਤੇ ਸਾਡੀ ਜ਼ਰੂਰ ਹੈਲਪ ਕਰੋ, ਜਿਹੜੇ ਸਾਡੇ ਵਰਗੇ ਨੇ ਉਹਨਾਂ ਦੀ ਵੀ ਹੈਲਪ ਕਰੋ ਜਿਹੜੇ ਇਸ ਟਾਈਮ ਗਰੀਬੀ ਨਾਲ ਜੂਝ ਰਹੇ, ਹੈ ਨਾ, ਅਤੇ ਪਰਮਾਤਮਾ ਕਹਿੰਦੇ ਨੇ ਦੇਣ ਨਾਲ ਮਤਲਬ ਘਾਟਾ ਨਹੀਂ ਹੁੰਦਾ, ਵਾਧਾ ਹੀ ਹੁੰਦਾ ਹਮੇਸ਼ਾ, ਇਸ ਲਈ ਜਿਹੜਾ ਦੂਜੇ ਦੀ ਹੈਲਪ ਕਰਦਾ ਪਰਮਾਤਮਾ ਉਹਦੀ ਹੈਲਪ ਕਰਦਾ ਗਾ।
ਇਹੀ ਕਹਿਣਾ ਚਾਹਾਂਗੀ। ਇਹ ਬੱਚਾ ਸਾਡੇ ਨਾਲ ਗੱਲਬਾਤ ਕੀਤੀ ਹੈ, ਬਹੁਤ ਹੀ ਪਿਆਰੀ ਆਵਾਜ਼ ਸੀ ਤੁਹਾਨੂੰ ਤੁਸੀਂ ਸੁਣਿਆ। ਅਤੇ ਬੱਚੇ ਦੇ ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਕਿ ਉੱਪਰ ਨਹੀਂ ਉੱਠ ਸਕਦੇ। ਮੈਂ ਸਮਾਜ ਸੇਵੀ ਅਤੇ NRI ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜੇ ਕਿਸੇ ਦੀ ਆਵਾਜ਼ ਸੋਹਣੀ ਆ, ਕਿਸੇ 'ਚ ਕਲਾ, ਤਾਂ ਉਹਨਾਂ ਦੀ ਮਦਦ ਜ਼ਰੂਰ ਕਰੋ। ਅਗਰ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਬੱਚੇ ਦੀ ਜਿਹਦਾ ਇਹਨਾਂ ਦੀ ਮਦਦ ਲਈ ਫੋਨ ਨੰਬਰ ਕਰ ਸਕਦੇ ਹੋ। ਮੈਨੂੰ ਦਿਓ ਇਜਾਜ਼ਤ। ਮਾਨਸਾ ਤੋਂ ਲੋਕ ਭਲਾਈ ਦਾ ਸੁਨੇਹਾ TV ਲਈ ਮਨਪ੍ਰੀਤ ਕੌਰ ਦੀ ਖਾਸ ਰਿਪੋਰਟ।